ਇਹ ਬਾਹਮਣ ਗੁਰੂ ਗ੍ਰੰਥ ਸਾਹਿਬ ਹੈ ਔਰ ਵਰਤਿਆ ਕਿਵੇਂ ਜਾ ਰਿਹਾ ਅੱਜ ਚੁੱਕ ਕੇ ਉਹ ਸਾਨੂੰ ਦੁੱਖ ਤਾਂ ਇਸ ਗੱਲ ਦਾ ਹੈ ਵੀ ਅੱਜ ਚੁੱਕ ਕੇ ਇਹਨੂੰ ਇੱਥੇ ਤੱਕ ਲੈ ਆਂਦਾ ਗਿਆ ਹੈ ਕਿ ਇਸ ਦਾ ਨਾਂ ਹੌਲੀ ਹੌਲੀ ਵਿਚਿੱਤਰ ਨਾਟਕ ਤੋਂ ਦਸਮ ਗ੍ਰੰਥ ਅਜੇ ਤੱਕ ਆਮ ਦਸਮ ਗ੍ਰੰਥ ਕਹਿੰਦੇ ਨੇ ਮੈਂ ਨਾਲ ਤਾਂ ਕਾਪੀ ਪੇਸ਼ ਕਰ ਰਿਹਾ ਇਹਦੇ ਤੇ ਹੁਣ ਇਹ ਲਫ਼ਜ਼ ਬਦਲ ਕੇ ਇਹ ਕਰ ਦਿੱਤਾ ਗਿਆ ਦਸਮ ਛੋਟਾ ਜਿਹਾ ਕਰਕੇ ਉੱਪਰ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਹੁਣ ਮੇਰਾ ਛਾਪਿਆ ਹੋਇਆ ਨਹੀਂ ਨਾ ਇਹ ਜਿਹੜੀ ਮੈਂ ਬਣਾਈ ਅੱਜ ਸਾਡੇ ਤੱਕ ਕਿੱਡਾ ਵੱਡਾ ਹਮਲਾ ਹੋ ਰਿਹਾ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਤੱਕ ਲੈ ਆਉਂਦਾ ਗਿਆ ਤੇ ਮੈਂ ਇਹਨੂੰ ਦੂਜੇ ਲਫ਼ਜ਼ਾਂ 'ਚ ਚਾਹਾਂਗਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬ੍ਰਾਹਮਣ ਗੁਰੂ ਦਸਮ ਗੁਰੂ ਗ੍ਰੰਥ ਸਾਹਿਬ ਬਣ ਗਿਆ ਇਹਦੇ ਵਿੱਚ ਤੁਸੀਂ ਸਾਰਾ ਕੁਝ ਪੜ੍ਹ ਲਓ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਗੱਲ ਮੰਨੋ ਸਿਰਫ ਆਪਸ ਵਿੱਚ ਕੰਪੇਅਰ ਕਰੋ ਬਰਾਬਰ ਪ੍ਰਕਾਸ਼ ਕਰਨ ਵਾਸਤੇ ਸਿਧਾਂਤ ਦੀ ਏਕਤਾ ਤੇ ਬਹੁਤ ਜ਼ਰੂਰੀ ਹੈ ਨਾ ਫਾਰ ਐਗਜ਼ਾਮਪਲ ਛੋਟੀ ਜਿਹੀ ਲੈ ਲਓ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਉੱਥੇ ਅਕਾਲ ਪੁਰਖ ਦੀ ਪੂਜਾ ਹੈ ਇੱਕ ਅਕਾਲ ਪੁਰਖ ਦੀ ਪੂਜਾ ਹੈ ਇਸ ਗ੍ਰੰਥ ਵਿੱਚ ਉਸਦਾ ਨਾਂ ਮਹਾਂਕਾਲ ਰੱਖ ਦਿੱਤਾ ਗਿਆ ਤੇ ਮਹਾਂਕਾਲ ਜਿਹੜਾ ਲਫ਼ਜ਼ ਹੈ ਇਹ ਅਰਥ ਕਰਨ ਲੱਗੇ ਆ ਬਾਰ ਬਾਰ ਇਹ ਕਹੀ ਜਾਂਦੇ ਮਹਾਂਕਾਲ ਦੇ ਸਾਰੇ ਦੇਵੀ ਦੇਵਤੇ ਨੇ ਜੀ ਮਹਾਂਕਾਲ ਹੀ ਸਾਰੀ ਸ਼ਕਤੀ ਹੈ ਜੀ ਅਕਾਲ ਪੁਰਖ ਵੀ ਮਹਾਂਕਾਲ ਦਾ ਹੀ ਨਾਂ ਹੈ ਪਰਮੇਸ਼ਰ ਵੀ ਮਹਾਂਕਾਲ ਦਾ ਹੀ ਨਾਂ ਹੈ ਮੰਨ ਲਓ ਇਹ ਵੀ ਮੰਨ ਲਓ ਪਰ ਦੋਵਾਂ ਦੇ ਵਿਚਾਰ ਤੇ ਇੱਕ ਸਿਧਾਂਤ ਤੇ ਇੱਕ ਹੋਵੇ ਨਾ ਅਕਾਲ ਪੁਰਖ ਤੇ ਇਹਨਾਂ ਦੇ ਇਸ ਗ੍ਰੰਥ ਵਿੱਚ ਲਿਖੇ ਹੋਏ ਮਹਾਂਕਾਲ ਦਾ ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਹੀ ਦੇਣਾ ਚਾਹੁੰਦਾ ਤ੍ਰਿਆ ਚਰਿੱਤਰ ਦੇ 266ਵੇਂ ਚਰਿੱਤਰ ਨੂੰ ਪੜ੍ਹੋ ਪਰ ਅਸਥਾਨ ਤੱਕ ਦੱਸ ਰਿਹਾ ਤੁਸੀਂ ਬੇਸ਼ੱਕ ਜਿਸ ਵੇਲੇ ਵੀ ਮੁਤਾਲਿਆ ਕਰ ਲਓ ਲੋੜ ਇਸ ਵੇਲੇ ਜ਼ਰੂਰਤ ਹੈ ਸਾਨੂੰ ਪਛਾਣਨ ਦੀ ਸਾਡਾ ਗੁਰੂ ਕੌਣ ਹੈ ਸਾਡੀ ਝੋਲੀ ਕੀ ਪਾਇਆ ਜਾ ਰਿਹਾ ਤ੍ਰਿਆ ਚਰਿੱਤਰ ਦੇ 266ਵੇਂ ਚਰਿੱਤਰ ਨੂੰ ਪੜ੍ਹੋ ਉਹਦੇ ਵਿੱਚ ਇੱਕ ਰਾਜੇ ਦੀ ਲੜਕੀ ਬ੍ਰਾਹਮਣ ਨਾਲ ਬਹਿਸ ਕਰਦੀ ਹੈ ਤੇ ਉਹਨੂੰ ਕਰਮ ਕਾਂਡ ਤੋਂ ਹੋੜ ਕੇ ਆਖਦੀ ਹੈ ਮੈਂ ਮਹਾਂਕਾਲ ਦੀ ਪੁਜਾਰਨ ਹਾਂ ਉਹ ਉੱਥੇ ਨਾਲ ਸਾਬਤ ਵੀ ਕਰਦੀ ਹੈ ਕਿ ਉਹ ਮਹਾਂਕਾਲ ਇੱਕ ਅਕਾਲ ਪੁਰਖ ਹੈ ਉਹ ਮਹਾਂਕਾਲ ਹੀ ਈਸ਼ਵਰ ਹੈ ਉਹਦੇ ਵਿੱਚ ਜਿਹੜੇ ਸਾਡੇ ਬਹੁਤ ਦਸਮ ਪਾਤਸ਼ਾਹ ਜੀ ਦੇ ਨਾਮ ਥੱਲੇ ਪ੍ਰਚਲਿਤ ਕੀਤੇ ਹੋਏ ਸਵਈਏ ਤੇ ਸ਼ਬਦ ਨੇ ਉਹ ਵੀ ਸ਼ਾਮਿਲ ਨੇ ਉਹ ਉਹਨਾਂ ਦੇ ਰਾਹੀਂ ਸਿੱਖਿਆ ਦਿੰਦੀ ਹੈ ਕਿ ਪਹਾਣ ਮੈਂ ਪਰਮੇਸ਼ਰ ਨਾਲ ਹੀ ਇੱਕ ਅਕਾਲ ਪੁਰਖ ਜਿਹੜਾ ਹੈ ਉਹ ਹੀ ਮਹਾਂਕਾਲ ਹੈ ਮੰਨ ਲਓ ਪਰ ਅਖੀਰ ਤੇ ਜਾ ਕੇ ਲਫ਼ਜ਼ ਪੜੋ ਉਹ ਅਖੀਰ ਨੂੰ ਬ੍ਰਾਹਮਣ ਮੰਨ ਜਾਂਦਾ ਹੈ ਡਰਾਉਂਦੀ ਹੈ ਉਹਨੂੰ ਧਮਕਾਉਂਦੀ ਹੈ ਅਖੀਰ ਨੂੰ ਬ੍ਰਾਹਮਣ ਮੰਨ ਜਾਂਦਾ ਵੀ ਮੈਂ ਤੇਰਾ ਮਹਾਂਕਾਲ ਮੰਨਿਆ ਉਹਨੂੰ ਕਹਿੰਦੀ ਹੈ ਤੂੰ ਹੁਣ ਮਹਾਂਕਾਲ ਦਾ ਸਿੱਖ ਹੋ ਜਾ ਕਹਿੰਦੇ ਠੀਕ ਉੱਥੇ ਇੱਕ ਲਫ਼ਜ਼ ਨੇ ਕਿ ਮਹਾਂਕਾਲ ਦਾ ਸਿੱਖ ਬਣਾਉਣ ਵਾਸਤੇ ਉਹ ਲੜਕੀ ਉਸ ਬ੍ਰਾਹਮਣ ਨੂੰ ਸ਼ਰਾਬ ਤੇ ਭੰਗ ਪਿਆਉਂਦੀ ਹੈ ਕਹਿੰਦੀ ਇਹਦੇ ਪੀਤੇ ਬਿਨਾਂ ਤੂੰ ਮਹਾਂਕਾਲ ਦਾ ਸਿੱਖ ਨਹੀਂ ਹੋ ਸਕਦਾ ਗ੍ਰੰਥ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਤਾਰੀਖ ਉਸਦੇ ਨੰਬਰਾਂ ਤੱਕ ਦੱਸ ਰਿਹਾ ਪੜ੍ਹ ਸਕਦੇ ਹੋ ਉੱਥੇ ਉਹ ਲਫ਼ਜ਼ ਕਰਦੇ ਲਿਖਦੀ ਹੈ ਕਿ ਮੈਂ ਇਸ ਨੂੰ ਮਹਾਂਕਾਲ ਤੋਂ ਮਹਾਂਕਾਲ ਕੋ ਸਿੱਖ ਕਰ ਮਦਰਾ ਭੰਗ ਪਿਵਾਏ ਲਫ਼ਜ਼ ਨੇ ਸ਼ਰਾਬ ਤੇ ਭੰਗ ਪਿਆ ਕੇ ਮਹਾਂਕਾਲ ਦਾ ਸਿੱਖ ਬਣਾਇਆ ਜਾਂਦਾ ਇਹਦਾ ਮਤਲਬ ਸਾਨੂੰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਹੈ ਉਹਦਾ ਤੇ ਮਹਾਂਕਾਲ ਦਾ ਕੋਈ ਫਰਕ ਹੋਇਆ ਨਾ ਇੱਥੇ ਤਾਂ ਸਤਿਗੁਰੂ ਅੱਛਾ ਫਿਰ ਇੱਕ ਹੋਰ ਚੀਜ਼ ਹੈ ਉਸ ਮਹਾਂਕਾਲ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਮੰਨਦਾ ਦੋਵਾਂ ਦਾ ਫਰਕ ਕੀ ਹੈ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਪੜ੍ਹੋ ਉਹਦੇ 'ਚ ਮਹਾਂਕਾਲ ਦਾ ਲਫ਼ਜ਼ ਹੈ ਨਹੀਂ ਆਮ ਮਹਾਂਕਾਲ ਦਾ ਲਫ਼ਜ਼ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਇਆ ਹੈ ਪਰ ਉਹ ਸ਼ਬਦ ਨੂੰ ਜ਼ਰੂਰ ਪੜ੍ਹੋ ਜਪ ਗੋਬਿੰਦ ਗੋਪਾਲ ਲਾਲ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਹੈ ਜਪ ਗੋਬਿੰਦ ਗੋਪਾਲ ਲਾਲ ਅੱਗੇ ਕਹਿੰਦੇ ਨੇ ਰਾਮ ਨਾਮ ਸਿਮਰ ਤੂੰ ਜੀਵੈਂ ਫਿਰ ਨਾ ਖਾਈ ਮਹਾਂਕਾਲ ਇਹਦਾ ਮਤਲਬ ਮਹਾਂਕਾਲ ਸਾਡਾ ਦੁਸ਼ਮਣ ਹੈ ਉਹ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਉਹ ਸਾਨੂੰ ਖਾ ਜਾਣਾ ਚਾਹੁੰਦਾ ਹੈ ਤੇ ਗੁਰੂ ਕਹਿੰਦਾ ਤੈਨੂੰ ਮਹਾਂਕਾਲ ਤੋਂ ਬਚਣ ਲਈ ਜ਼ਰੂਰੀ ਹੈ ਕਿ ਜਪ ਗੋਬਿੰਦ ਗੋਪਾਲ ਲਾਲ ਉੱਥੇ ਉਹ ਕਹਿੰਦੇ ਨੇ ਮਹਾਂਕਾਲ ਹੀ ਰੱਬ ਹੈ ਦੋਵਾਂ ਗ੍ਰੰਥਾਂ ਦੇ ਸਿਧਾਂਤ ਦਾ ਕਿੰਨਾ ਜਿਉਂ ਜੋ ਪੜ੍ਹੀਏ ਹੈਰਾਨ ਹੋਈਦਾ ਮੈਂ ਤੁਹਾਨੂੰ ਕਿੰਨੀਆਂ ਕੁ ਦ੍ਰਿਸ਼ਟਾਂਤ ਉਦਾਹਰਣ ਦੇ ਸਕਾਂਗਾ ਸਮਾਂ ਥੋੜ੍ਹਾ ਉੱਥੇ ਕਹਿ ਰਹੇ ਨੇ ਕਿ ਮਹਾਂਕਾਲ ਕੋ ਸਿੱਖ ਕਰ ਮਦਰਾ ਭੰਗ ਪਵਾਏ ਇੱਧਰ ਗੁਰੂ ਕਹਿੰਦੇ ਨੇ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈਂ ਫਿਰ ਨਾ ਖਾਈ ਮਹਾਂਕਾਲ ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਐਸੀਆਂ ਚੀਜ਼ਾਂ ਸਾਡੇ ਸਾਹਮਣੇ ਨੇ ਜੇ ਸਾਨੂੰ ਇਹ ਵੀ ਸਾਬਤ ਕਰ ਦੇਣਾ
कि गुरु दसम पातशाह जी दी रचनावां ही ने ते सानू कोई इतराज नहीं। तो पलियो पंथक तौर पर जो फैसला है ना नितनेम दियां बाणियां दा उनके संबंधी साडा कोई विरोध नहीं। जिहड़ियां रचनावां सानू साडे बच्चियां नू गुमराह करके जिहड़ियां असीं अपनियां धीआं भैणां बच्चियां दे सामने पढ़ नहीं सकते, मजबूरी है साडी। मैं कुछ कु किताबां लियानियां सन 5-7 दिनों च पिछों चलिया हुई ने, मिलती आने वाली है, वह मैं थोड़े च मजबूर बनना गा, यह मेरी मजबूरी हो गई है, हुण नहीं चाहता सा। और हुण भी पिछले दिनों मैं एक कापी किसी वीर नूं दित्ती ते उन्हूं नाल ही आखिया पलिया इकला बैठ के पढ़ लें। जे दो जी रल के पति स्त्री रल के एक किताब के दो लाइना नहीं पढ़ सकते तो उन्होंने असं श्री गुरु ग्रंथ साहब का मुकाबला देिए, उन्होंने गुरु दसम पातशाह जी की रचना मनीए। एक बड़ी वड्डी साजिश नाल कौम नूं कमजोर करन दा एक जरिया वरत्या गया विचित्र नाटक तो इनका नाम दसम ग्रंथ रख के हुण बराबर प्रकाश करन दा मसला आ गया। जदों उनका नाम हुण हौली हौली दसम श्री गुरु ग्रंथ साहब जी रख दिता गया तां कि सिखी जिहड़ी है वह अचरणहीनता दे सागर विच कमजोर हो जाए, कमजोर हो जाए। इस नूं कमजोर करन दी साजिश विच अंग्रेज गोरा शामिल सी। उनके राज वेले ही ये तख्तों पर प्रकाश होया, जिवें दस रहे सन कि सारे तख्तों पर ही प्रकाश सी। उनके राज वेले ही महंतों का डेरिया साडे धर्म स्थानों पर कब्जा होया। उनके राज वेले ही तख्तों पर इस दशम ग्रंथ के नाम के ग्रंथ का ब्राह्मण ग्रंथ का प्रकाश होया। जदों सिखी कुछ मुड़ शक्ति विच आई, श्रोमणी गुरद्वारा प्रबंधक कमेटी ज अकाली मूवमेंट ज सिख सभा लहर होंद विच आई, उन्होंने सब तो पहला इस गल नूं पड़चोलिया। मेरा यह नहीं कि ननकाना साहब ते पंजा साहब आजाद कराए, उत्थे भी शहीदियां होईयां, उन्होंने हथों छुड़ाए। और इत्थे बकायदा इन्हां दी हिस्टरी पढ़ लो, अज ही मैं ये कोई चीज अजकल पढ़नी कोई औखी नहीं, सारी चीज विच तुहानूं इंटरनेट ते मिल जांदी, अज ही पढ़ रहा सां। उन्दे च साबित करदे ने कि इस स्थान ते 19वीं सदी तक उदासियां दा कब्जा रहा, सारे तख्तां 19वीं सदी तक कब्जा ही उदासियों का महंतों का, वह बकायदा आप लिख रहे इतने बस नहीं होया कि अंग्रेजों के टाइम से ही सिखी नूं कमजोर करने वास्ते इस ग्रंथ का प्रकाश तख्तों पर होया। जदों सिंह सभा लहर श्रोमणी गुरुद्वारा प्रबंधक कमेटी अकाली दल लहर संसार विच आई, उन्होंने उदों उदों के वक्त के सिंह सच्चे सुचे विचारों वाले सिंह जिन्हां दी अज साडे सामने केवल एग्जाम्पल ही रह जांदियां ने, अज साडे कोल झोरे ने उन्होंने नाम लैके अकाली दल की कर रहा, श्रोमणी कमेटी वालों की हो। लेकिन जदों ये शुरुआत हुई है इन्हां दी बड़ी महानता लैके आई है, वो जदों ये आए उन्होंने सब तो पहला वेख्या कि असीं कमजोर कित्थों हो रहे हैं, कमजोर कित्थों हो रहे हैं। उन्होंने महंता कोलों शहीदियां पा के स्थान आजाद कराए। लक्ष्मण सिंह दलीप सिंह की शहीदी हुई ननकाना साहब, उन्होंने सब तो पहला तख्तों तो जिथे जिथे उन्होंने पहुंच सी उन्होंने तख्तों तो यह ग्रंथ चुकवाया। हमने तुम दस रहे सन भी इतने भी प्रकाश से इन्होंने तो चुका क्यों चुकवाया, कोई कमी सी तो ही चुकवाया ना, कोई लिटरेचर में खोज करके पड़चोल करके चुकवाया, इन्हों सारे तख्तों तो वो दसम ग्रंथ चुकवाया। सिर्फ बाहरले दो तख्त जेड़े सानू अजे तक क्यों नहीं साड़ी पहुंच तो पहुंच विच आ रहे, वो एक सर ये भी सरकारी साजिश है। अज कोई हिंदुइज्म दा जज्बा जा सोच जा शक्ति खत्म नहीं होगी जिन्हें तुहाडा पिछा छड्ड दिता होगे, बिल्कुल नहीं छड्डिया। जे छड्डिया हुंदा तां अज भण्यारे वाले दे नवें ग्रंथ ना पैदा हुंदे, जे अज छड्डिया हुंदा ते भानू मूर्ति वर्गे लोग ना पैदा हुंदे जिहड़े श्री गुरु ग्रंथ साहिब दे मुकाबले दूजा ग्रंथ पैदा करदे। जे उन्होंने वो साजिश छड्डी हुंदी ते अज सतगुरदेव सिंह दे जिहड़ा गुरसागर रूपी सुख सागर रूपी नवे ग्रंथ ना पैदा हुंदे, पैदा होए हो रहे ने, क्योंकि वो आर एस एस दे रूप विच पिछले पासे शक्ति खड़ी है जो सिखी नूं कमजोर करना चाहती। इसलिए उन्हां साजिशां तों बचण वास्ते ही सानू चेतनता दी लोड़ है। सानू लोड़ सी भी बाहरले दो तख्तां तों भी यह चीज़ां खत्म हुंदियां, मर्यादा सिखी सिख रहत मर्यादा दे मुताबिक लागू हुंदी। पर उस सोजिश साजिश ने ते उस सोच ने जिन्हें अज भी साडा पिछा नहीं छड्डिया, उन्होंने एक तरीका समझिया भी जे वह तखत भी दो इन्हां दे इस मर्यादा विच आ गए तो साडे कोल हिंदुइज्म का प्रचार करने वास्ते कि थां रह जाएगी, इन्हां विच असीं किवें प्रवेश करना है सिखां विच।
उन्होंने की किया कि अज तक हूँ दो दिन पहलों की गल है बयान पढ़ के देख लो जिंद मंग है अज तक सानू उन्होंने इन्ह 60 साल अंदर आल इंडिया गुरद्वारा एक्ट नहीं दिता। आल इंडिया गुरद्वारा एक्ट का मतलब की सी कि जिन्ने भी तखत अस्थान जिन्ने भी धर्म अस्थान साढ़े विशेष पूरे हिंदुस्तान विच ने उन्हां सारियां ते इक्को ही गुरद्वारा एक्ट लागू होवे ताकि साड़ी सिख रहत मर्यादा